ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਐਸ ਵਾਈ ਐਲ ਨੂੰ ਲੈ ਕੇ ਵਿਧਾਨ ਸਭਾ ਦੀ ਚਰਚਾ, ਐਸ ਵਾਈ ਐਲ ਨੂੰ ਲੈ ਕੇ ਅਤੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਹਾਲ ਵਿੱਚ ਹੋਣ ਵਾਲੀ 1 ਨਵੰਬਰ ਵਾਲੀ ਚਰਚਾ। ਇਹਨਾਂ ਚਰਚਾਵਾਂ ਵਿਚਾਲੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਨਮ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਇਸ ਚੈਲੰਜ ਲਈ ਕਿ ਆ ਜਾਓ ਪੰਜਾਬ ਦੇ ਮਸਲਿਆਂ ਦੇ ਉੱਤੇ ਇੱਕੋ ਦਿਨ ਚਰਚਾ ਕਰੀਏ, ਰੋਜ਼ ਦੀ ਖਿੜਕਿੜ ਬੰਦ ਕਰੀਏ, ਅਤੇ ਵਿਰੋਧੀ ਦਲਾਂ ਵੱਲੋਂ ਨਾਲ ਦੀ ਨਾਲ ਚੈਲੰਜ ਕਬੂਲ ਕਰਨ ਦੀਆਂ ਗੱਲਾਂ ਕਿ ਸਾਨੂੰ ਚੈਲੰਜ ਕਬੂਲ ਹੈ, ਅਸੀਂ ਕਰਾਂਗੇ ਚਰਚਾ, ਅਸੀਂ ਕਰਾਂਗੇ ਵਿਸਤਾਰ ਨਾਲ ਗੱਲਾਂ, ਆਵਾਂਗੇ, ਅਤੇ ਮੁੱਖ ਮੰਤਰੀ ਸਾਹਿਬ ਦਾ ਮੋੜਵਾਂ ਜਵਾਬ ਕਿ ਆਪਣਾ ਕੁਰਸੀਨਾਮਾ ਵੀ ਨਾਲ ਲਿਆਇਓ, ਆ ਗੁੜਗਾਓਂ ਦੇ ਵਿੱਚ ਖਰੀਦੇ ਹੋਟਲਾਂ ਦੇ ਕਾਗਜ਼ ਪੱਤਰ ਵੀ ਨਾਲ ਲਿਆਇਓ, ਸਾਰਾ ਨਿਬੇੜਾ ਕਰਾਂਗੇ। ਅਤੇ ਉਸ ਤੋਂ ਬਾਅਦ ਜੋ ਪਤਾ ਸੀ, ਜੋ ਹੋਣਾ ਸੀ, ਜੋ ਦਿਖਦਾ ਸੀ, ਉਹੀ ਕੁਛ ਹੋਣ ਲੱਗ ਪਿਆ। ਇੱਕ ਇੱਕ ਕਰਕੇ ਪਾਰਟੀਆਂ ਨੇ ਇਸ ਡਿਬੇਟ ਤੋਂ, ਇਸ ਚਰਚਾ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਲਿਆ, ਕਿਉਂਕਿ ਜਦੋਂ ਐਸ ਵਾਈ ਐਲ ਦਾ ਮੁੱਦਾ ਆਊਗਾ ਤਾਂ ਸਵਾਲਾਂ ਦੇ ਘੇਰੇ ਵਿੱਚ ਅਕਾਲੀ ਦਲ ਵੀ ਆਊਗਾ ਅਤੇ ਸਵਾਲਾਂ ਦੇ ਘੇਰੇ ਵਿੱਚ ਕਾਂਗਰਸ ਵੀ ਆਊਗੀ। ਸਵਾਲਾਂ ਦੇ ਘੇਰੇ ਵਿੱਚ ਐਸ ਵਾਈ ਐਲ ਦੇ ਨਾਂ ਦੇ ਉੱਤੇ ਦੇਵੀ ਲਾਲ ਨਾਲ ਜਾਰੀ ਪਗਾਉਣ ਵਾਲੇ ਵੀ ਆਉਣਗੇ, ਐਸ ਵਾਈ ਐਲ ਦੇ ਨਾਂ ਦੇ ਉੱਤੇ ਫਿਰ ਜਿਨ੍ਹਾਂ ਨੇ ਕਹੀਆਂ ਫੜਾ ਕੇ ਚਾਂਦੀ ਦੀਆਂ ਟੱਕ ਲਵਾਏ ਸਵਾਲਾਂ ਦੇ ਘੇਰੇ 'ਚ, ਉਹ ਵੀ ਆਉਣਗੇ। ਸੋ ਇਹ ਸਾਰੇ ਵਰਤਾਰੇ 'ਚ ਸਵਾਲ ਖੜਾ ਹੋਇਆ ਕਿ ਕੀ ਇਹ ਖੁੱਲ੍ਹੇ ਮੰਚ 'ਤੇ ਚਰਚਾ ਦੇ ਨਾਲ ਐਸ ਵਾਈ ਐਲ ਦਾ ਮਸਲਾ ਹੱਲ ਹੋ ਜਾਏਗਾ। ਅਕਾਲੀ ਦਲ ਨੇ ਇਹ ਕਹਿ ਕੇ ਅਸਲੀ ਪ੍ਰਧਾਨ ਮੁੱਖ ਮੰਤਰੀ ਆਵੇ ਜੀ, ਕੇਜਰੀਵਾਲ ਅਸਲੀ ਮੁੱਖ ਮੰਤਰੀ ਹੈ ਤਾਂ ਚਰਚਾ ਕਰਾਂਗੇ, ਕਾਂਗਰਸੀਆਂ ਨੇ ਇਹ ਕਹਿ ਕੇ ਨਹੀਂ ਜੀ ਚਰਚਾ ਤਾਂ ਦਿੱਲੀ ਜਾ ਕੇ ਕਰੋ, ਹਾਂ ਹਵਾਲਾ ਤਾਂ ਕੇਂਦਰ ਦੇ ਕੋਲ ਪਿਆ, ਉੱਥੇ ਇਕੱਠੇ ਹੋ ਕੇ ਚਲੋ, ਵਿਰੋਧੀ ਦਲਾਂ ਨੂੰ ਇੱਕ ਕਰੋ ਨਾ ਕਿ ਉਹਨਾਂ ਚਰਚਾ, ਜਾਂ ਖੜੋਰੀ ਨਹੀਂ ਜੀ ਚੰਡੀਗੜ੍ਹ ਨਹੀਂ, ਪਹਿਲਾਂ ਅਬੋਹਰ ਜਾਂ ਲੁਧਿਆਣੇ ਆ ਜਾਓ, ਅਗਲੇ ਲੁਧਿਆਣੇ ਆ ਕੇ ਕਹਿੰਦੇ ਨਹੀਂ ਜੀ ਹੁਣ ਪੈਨਲ 'ਤੇ ਆ ਜਾਓ, ਕਿ ਗਾਂਧੀ ਨੂੰ ਬੁਲਾਓ, ਫੂਲਕਾ ਸਾਹਿਬ ਨੂੰ ਬੁਲਾਓ, ਐਂ ਕੰਵਰ ਸੰਧੂ ਨੂੰ ਬੁਲਾਓ, ਮੈਂ ਲਿਆਊਂਗਾ, ਤੁਸੀਂ ਹਮ ਹੀ ਭਰੋ ਪੈਨਲ ਨਾਲ ਚਰਚਾ ਕਰ ਲਈ। ਧਰਮਵੀਰ ਗਾਂਧੀ ਨੇ ਆਪਣੇ ਆਪ ਨੂੰ ਵੱਖ ਕਰ ਲਿਆ, ਉਹ ਕਹਿੰਦੇ ਮੈਂ ਨਹੀਂ ਜਾਂਦਾ ਇਹਨਾਂ ਚਰਚਾਵਾਂ 'ਚ, ਗੰਭੀਰ ਥੋੜ੍ਹਾ ਨੇ, ਇਹ ਕੋਈ ਚਰਚਾ ਦਾ ਪੱਧਰ ਹੈ। ਅਤੇ ਕੁੱਲ ਮਿਲਾ ਕੇ ਸਰਕਾਰ 'ਤੇ ਵੀ ਸਵਾਲ ਆਇਆ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਸਲਿਆਂ ਲਈ 117 MLA ਚੁਣਤੇ, ਜਦੋਂ ਪੰਜਾਬ ਦੇ ਮਸਲਿਆਂ ਲਈ ਪੰਜਾਬ ਦੇ ਲੋਕਾਂ ਨੇ 13 MP ਚੁਣਤੇ, ਚੁਣੇ ਨੁਮਾਇੰਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਹਵਾਲੇ ਨਾਲ, ਕਿ ਜਿਹੜੇ ਚੁਣੇ ਨੁਮਾਇੰਦੇ ਨੇ ਫਿਰ ਉਹਨਾਂ ਕੋਲ ਅਧਿਕਾਰ ਹੈ। ਮੈਂ ਰਾਜ ਸਭਾ ਮੈਂਬਰਾਂ ਦੀ ਗੱਲ ਨਹੀਂ ਕਰਦਾ ਜਦੋਂ ਕਿ ਉਹ ਵੀ ਪੰਜਾਬ ਤੋਂ ਜਾ ਕੇ ਪੰਜਾਬ ਦੀ ਗੱਲ ਕਰਨ ਲਈ ਹੁੰਦੇ ਨੇ, ਪਰ ਮੈਂ ਚੁਣੇ ਨੁਮਾਇੰਦਿਆਂ ਦੀ ਗੱਲ ਕਰਦਾ। ਪੰਜਾਬ ਨੇ 117 ਪੰਜਾਬ ਦੇ ਆਪਣੇ ਨੁਮਾਇੰਦੇ ਚੁਣੇ ਨੇ ਹਲਕਾ ਵਾਈਜ਼, ਅਤੇ 13 MP ਚੁਣੇ ਨੇ ਪੰਜਾਬ ਨੇ ਆਪਣੇ। ਸੋ ਉਸ 117 ਦੇ ਹਵਾਲੇ ਨਾਲ ਐਸ ਵਾਈ ਐਲ ਦੇ ਮੁੱਦੇ 'ਤੇ ਪੰਜਾਬ ਦੀ ਵਿਧਾਨ ਸਭਾ 'ਚ ਚਰਚਾ ਹੋਣੀ ਚਾਹੀਦੀ ਹੈ, ਅਤੇ ਜਿਹਦੇ ਲਈ ਤੁਸੀਂ ਕਹਿੰਦੇ ਮੈਂ ਸੈਸ਼ਨ ਬੁਲਾ ਲਿਆ, ਅਤੇ ਜੇ ਸੈਸ਼ਨ ਐਸ ਵਾਈ ਐਲ ਦੇ ਮੁੱਦੇ 'ਤੇ ਬੁਲਾ ਲਿਆ ਤਾਂ ਉੱਥੇ ਹੀ ਪੰਜਾਬ ਦੇ ਬਾਕੀ ਮਸਲੇ ਵੀ, ਇਸੇ ਲਈ ਹੈ ਨਾ ਸੈਸ਼ਨ, ਇਸੇ ਲਈ ਨਾ ਪੰਜਾਬ ਦੀ ਵਿਧਾਨ ਸਭਾ, ਇਸੇ ਲਈ ਨੇ ਨਾ MLA, ਇਸੇ ਲਈ ਸਰਕਾਰ ਹੈ। ਅਤੇ ਫਿਰ ਜਿਹੜੇ ਬਾਹਰ ਚਰਚਾ ਕਰਨੀ ਹੈ, ਜਾਂ ਤਾਂ ਫਿਰ ਦੱਸੋ ਤਾਂ ਕੋਈ ਹੱਲ ਨਿਕਲੂਗਾ, ਜਾਂ ਤਾਂ ਇਹ ਤੈਅ ਹੋਵੇ ਕਿ ਭਾਈ ਜਿਹੜੇ ਜ਼ਿੰਮੇਵਾਰ ਨੇ ਉੱਥੇ ਹੀ ਫੈਸਲਾ, ਉੱਥੇ ਹੀ ਜੱਜਮੈਂਟ, ਉੱਥੇ ਹੀ ਸਲਾਖਾਂ ਤੈਅ ਕਰੋਗੇ ਕਿ ਹਾਂ ਭਾਈ ਜਿਹੜੇ ਜ਼ਿੰਮੇਵਾਰ ਨੇ ਅੰਦਰ ਵੀ ਜਾਣਗੇ ਅਤੇ ਨਾਲੇ ਮਸਲੇ ਦਾ ਹੱਲ ਲੱਭ ਕੇ ਉੱਠਾਂਗੇ। ਅਤੇ ਇਹ ਸਭ ਦੇ ਦੁਆਲੇ ਖੱਟਰ ਸਾਹਿਬ ਕਹਿੰਦੇ ਮੇਰੇ ਨਾਲ ਕਰ ਲਓ ਚਰਚਾ। ਅਸਲ 'ਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸੁਪਰੀਮ ਕੋਰਟ ਵਾਲੇ ਇਸ ਪਹਿਲੂ ਤੋਂ ਪਹਿਲਾਂ ਕਿ ਨਹਿਰ ਬਣਾਓ, ਇੰਨੀ ਤਰੀਕ ਤੱਕ ਇਹ ਕਰਕੇ ਦਿਓ, ਉਹ ਸਾਰੇ ਵਰਤਾਰੇ ਤੋਂ ਪਹਿਲਾਂ ਕਿ ਨਹੀਂ ਸਾਨੂੰ ਦਖਲ ਦੇਣ ਲਈ ਮਜਬੂਰ ਹੋਣਾ ਪੈਣਾ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖੀ ਸੀ, ਇਹ 4 ਅਕਤੂਬਰ ਦੀ ਸ਼ਾਇਦ ਗੱਲਬਾਤ ਹੈ। ਅਤੇ ਉਹ ਚਿੱਠੀ 'ਚ ਉਹਨਾਂ ਨੇ ਕਿਹਾ ਕਿ ਜੀ ਆ ਜਾਓ, ਮਾਮਲਾ ਤਾਂ ਆਪਣੇ ਦੋਵੇਂ ਸੂਬਿਆਂ 'ਚ ਹੈ, ਆਪਾਂ ਦੋਵੇਂ ਸੂਬੇ ਬੈਠ ਕੇ ਨਿਬੇੜ ਲੈਂਦੇ ਹਾਂ, ਗੱਲਬਾਤ ਕਰ ਲੈਂਦੇ। ਅਤੇ ਹੁਣ ਉਹਦਾ ਜਵਾਬ ਦਿੱਤਾ ਕਹਿੰਦੇ ਮਨੋਹਰ ਲਾਲ ਖੱਟਰ ਨੇ ਕਿ ਆ ਜਾਓ ਮੁੱਖ ਮੰਤਰੀ ਭਗਵੰਤ ਮਾਨ ਜੀ, ਆਪਾਂ ਬੈਠ ਕੇ ਦੋ ਪੱਖੀ ਗੱਲਬਾਤ ਕਰੀਏ ਅਤੇ ਮਾਮਲਾ ਹੱਲ ਕਰੀਏ। ਹਰਿਆਣੇ 'ਚ ਚੋਣਾਂ ਨੇ, ਅਗਲਿਆਂ ਨੇ ਕਹਿਣਾ ਪਾਣੀ ਲੈਣਾ, ਤੁਸੀਂ ਕਹਿਣਾ ਪਾਣੀ ਦੇਣਾ ਨਹੀਂ। ਹਾਂ, ਜਿਹੜਾ ਹਵਾਲਾ ਇਹ ਆ ਰਿਹਾ ਵਿਰੋਧੀ ਦਲਾਂ ਦੇ ਹਵਾਲੇ ਨਾਲ ਕਿ ਤੁਸੀਂ ਸੁਪਰੀਮ ਕੋਰਟ 'ਚ ਇਹ ਕਿਹਾ ਕਿ ਅਸੀਂ ਤਾਂ ਨਹਿਰ ਪੁੱਟਣ ਲਈ ਤਿਆਰ ਹਾਂ, ਹੈ ਬਸ ਵਿਰੋਧੀ ਦਲ ਨਹੀਂ ਪੁੱਟਣ ਦਿੰਦੇ, ਕਿਤੇ ਉਸ ਪਹਿਲੂ 'ਤੇ ਖੱਟਰ ਸਾਹਿਬ ਨੂੰ ਵੀ ਇਹੀ ਤਾਂ ਨਹੀਂ ਕਹਿ ਕੇ ਆਉਣਾ, ਕਿਤੇ ਹਰਿਆਣੇ 'ਚ ਆਪਣੀਆਂ ਵੋਟਾਂ ਤਾਂ ਨਹੀਂ ਪੱਕੀਆਂ ਕਰ ਲੈਣੀਆਂ ਆਮ ਆਦਮੀ ਪਾਰਟੀ ਨੇ, ਇਹ ਫਿਕਰ ਪੰਜਾਬ ਨੂੰ ਵੀ ਖੜਾ। ਸੋ ਇਸ ਲਈ ਆਹਮੋ ਸਾਹਮਣੇ ਦੀ ਗੱਲਬਾਤ ਉਹ ਜਨਤਾ ਕਰ ਦਿਓ, ਉਹ ਗੱਲਬਾਤ ਲਾਈਵ ਕਰ ਦਿਓ। ਇਸ ਤੋਂ ਅਗਲਾ, ਇਹ ਸਾਰੇ ਪਹਿਲੂਆਂ ਦੇ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਆਏ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਖੜੇ ਕੀਤੇ ਸਵਾਲ ਜਵਾਬ ਮੰਗਦੇ ਆ ਜਨਾਬ।
जवाब केंद्र वाले दे देन, जवाब पंजाब वाले दे देन, सरकारां जवाब देन, सियासतदान जवाब देन। ज्ञानी हरप्रीत सिंह का अहम सवाल कि पंजाब च आम आदमी पार्टी की सरकार है, आम आदमी पार्टी विरोधी धिर च नहीं है, ये इदा खुले खाड़े खुले मंच खुलियां चर्चावां ये विरोधी दलों की मंग ते विरोधी दलों के कहणते हो सकदियां। तुहाडे कोल सरकार है, तुहाडे कोल विधानसभा है, तुसी विधानसभा चर्चा कराओ। जिहड़े काम लई विधानसभा बनी है ते सरकार दा काम विधानसभा दे हवाले नाल मसलियां दा हल कढ़ना है। इह सवाल। दूजा सवाल केंद्र ते केंद्र दी नीति ते केंद्र दे ढंग तरीकां ते उंगल धरदा। ज्ञानी हरप्रीत सिंह उन्होंने कहा कि एस वाई एल दा मुद्दा एक शासन तरीके नाल, एक बड़ी राजनीतिक तरीके नाल इस नूं सिखां दा मुद्दा दर्शाया जा रहा, सिखां दा मुद्दा बना के पेश किया जा रहा, तो एक माहौल बिगाड़न की कोशिश की जा रही है। कहने हरप्रीत सिंह ने स्पष्ट किया कि भाई पंजाब दे विच जिथे सिख भाईचारा बसदा है उत्थे मुस्लिम भाईचारा भी बसदा है, उत्थे ईसाई भी बसते हैं, उत्थे हिंदू भी बसते हैं। सो एस वाई एल का मुद्दा समुचे पंजाब की होंद का मसला है, हर भाईचारे नू, हर वर्ग नू, हर धर्म नू, हर इत्थे बसदे व्यक्ति नू पानी चाहिए। तो जे पंजाब त्याहया मरदा है, पंजाब प्यासा मरदा है, पंजाब दे पानिया ते डाका वजदा है, तो हर पंजाबी का फर्ज बनता है, हर पंजाब दे वासी का फर्ज बनता है कि वह अपने सूबे के हकों लिए उठ के खड़ा हो। सो इसलिए ज्ञानी हरप्रीत सिंह दे इन्हां सवालों का जवाब केंद्र कोल है कि तुसी एस वाई एल नूं कल्ले किसानी मुद्दा, कल्ला सिखी मुद्दा बना के, तो इत्थे ही पंजाब दीआं सारीआं धिरां नूं भी सवाल खड़ा कि तुहाडा भी फर्ज बनता कि जाओ खड़ो कतार बन के, क्या वो असी पंजाब दे लई खड़े हाँ, आ सियासी ड्रामे छड्डो, समुचे पंजाब नूं इस मसले ते एकजुट होकर खड़ जाना चाहिए कि साढ़े पाणियां ते पहलां दा डाका वज रहा, राजस्थान लुट्टी जांदा, हरियाणा लुट्टी जांदा, दिल्ली लुट्टी जांदा, अदेगी ढेला नहीं, तो हुण एस वाई एल दे नां दे उत्ते इक नवां कलेश सानूं फिर होर दुबारा खड़ा करके दिता जा रहा, तो उधरों सतलू साडा सीधा वाया घग्गर नवीं सरस्वती नदी पैदा करके मिठे पानी दे नां ते गुजरात, ये सारिया दियां अंदर खाते प्लैनिंग मीटिंगां दी कहानियां वो तत् सामने आते रहे। सो इसलिए ज्ञानी हरप्रीत सिंह दे अहम सवालों का जवाब या केंद्र दवे या पंजाब सरकार दवे, राजनीतिक धिरां देण, पर सवाल अहम है। चलो सवाल तो अग्निवीर के हवाले नाल भी केंद्र नूं बड़ा है। जनाब जदों तुसीं अग्निवीर भर्ती योजना लेके आए सी, मैं तद भी ये सवाल खड़ा किया सी, मैं तद भी ये केंद्र नूं पुछया सी कि की तुसी देश की नौजवानी नाल खिलवाड़ तां नहीं कर रहे, की तुसी भारतीय फौज के देशभगती के किरदार के उत्ते उंगली तां नहीं खड़ी कर रहे, की तुसी उस देशभगती के जज्बे नूं चार साल की नौकरी च सिर्फ भाड़े की नौकरी बना के तां नहीं पेश कर रहे, की इहदे नाल फौज की अहमियत जो है साडे मुल्क दे विच ते दुनिया भर च भारतीय फौज की जो चेहरा मोहरा ताकत है तुसी उस दे उत्ते उंगली तां नहीं धर रहे। पर जनाब जवाब कित्थे दिंदियां सरकारां, सरकारां तां अपना लाहा देखदियां। ते उस समय सवाल सी वड्डे फौजी अधिकारियों के हवाले नाल कि 6 महीने च फौज की ट्रेनिंग नहीं हुंदी ते 6 महीने च वह जज्बा नहीं आउंदा, पर तुसी कहा नहीं जी 4 साल लई नौकरी, 6 महीने की ट्रेनिंग ते उस तों बाद 3.5 साल नौकरी ते रिटायरमेंट ते लमसम पैसे ते घरे बैठो, ते उस तों बाद तुसी नवीं नौकरी लभनी है लभो, नहीं लभनी ना लभो, पर तुहानू कोई फौज वालियां सहूलतां, क्योंकि 4 साल की नौकरी च की देणगे अगले। सो इसलिए जिहड़ी मतलब प्राइवेट फौज का एक वतीरा, प्राइवेट फौजी भर्ती करन दा वतीरा, उहदे नतीजियां दा कुछ रूप सामने आउण लग्या जदों पंजाब दा एक नौजवान सरहद दे उत्ते शहीद होण दे हवाले नाल खबर आई कि हाँ अमृतपाल सिंह नौजवान मत्थे च गोली लगन नाल बार्डर ते शहीद हो गया, ते घर तक पहुँचदिआं उहदी एंबूलेंस प्राइवेट हो गई, हैं तिरंगा उहदी लाश ते लिफ्ट के नहीं आया, जां तिरंगे च लपेट के उहनूं नहीं लिआंदा, फौजी जवानां ने मोढा नहीं दित्ता, उह गॉड ऑफ ऑनर जिहड़ा उहनूं दित्ता जांदा उह नहीं दित्ता गया। ते इह गल जदों पंजाब दे मुख्यमंत्री दे कन्नी पई ते उन्होंने तुरंत पुलिस टुकड़ी भेजी, अधिकारी भेजे,
ਤੇ ਖੁਦ ਵੀ ਚੈੱਕ ਲੈ ਕੇ ਉਸ ਪਰਿਵਾਰ ਦੇ ਘਰੇ ਦੁੱਖ ਵੰਡਾਉਣ ਗਏ। ਸੋ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਸ ਪਹਿਲੂ 'ਤੇ ਇੱਕ ਸਿਆਣਪ ਸੂਝ ਦਿਖਾਈ। ਪਰ ਸਵਾਲ ਕੇਂਦਰ ਨੂੰ ਇਸ ਮਸਲੇ 'ਤੇ ਅਤੇ ਫੌਜ ਦਾ ਜਵਾਬ ਕਿ ਜਨਾਬ ਉਹ ਮੁੰਡਾ ਤਾਂ ਖੁਦਕੁਸ਼ੀ ਕਰ ਗਿਆ। ਪਰਿਵਾਰ ਕਹਿੰਦਾ ਜੀ ਕਾਰਨ ਤਾਂ ਦੱਸ ਦਿਓ, ਬਾਰਡਰ 'ਤੇ ਤੈਨਾਤ, ਤੁਸੀਂ ਦੱਸਿਆ ਕਿ 2 ਦਿਨ ਪਹਿਲਾਂ ਅੱਤਵਾਦੀਆਂ ਨਾਲ ਇੱਕ ਮੁਕਾਬਲਾ ਸੀ, ਸ਼ੱਕ ਹੈ ਜੀ ਉਸ ਅੱਤਵਾਦੀਆਂ ਵੱਲੋਂ ਜਵਾਬੀ ਫਾਇਰ ਕੋਈ ਕੀਤਾ ਗਿਆ ਹੋਵੇ, ਕੁਝ ਦਿਨਾਂ ਬਾਅਦ ਕਾਰਵਾਈ ਕੀਤੀ ਹੋਵੇਗੀ, ਮੱਥੇ 'ਚ ਗੋਲੀ ਤੈਨਾਤ ਫੌਜੀ ਦੇ ਲੱਗੀ, ਅਤੇ ਤੁਸੀਂ ਹੁਣ ਜਦੋਂ ਮੁੱਦਾ ਖੜਾ ਹੋਇਆ ਕਿ ਅਗਨੀਵੀਰਾਂ ਨਾਲ ਇੱਦਾਂ ਹੀ ਹੋਊਗਾ ਕਿਉਂਕਿ ਪ੍ਰਾਈਵੇਟ ਫੌਜ ਹੈ, ਅਗਲੇ ਕਹਿੰਦੇ ਪ੍ਰਾਈਵੇਟ ਐਂਬੂਲੈਂਸ ਹੋਊਗੀ, ਹੈਂ ਪ੍ਰਾਈਵੇਟ ਮੋਢਾ ਦੇਣ ਵਾਲੇ ਹੋਣਗੇ, ਫੌਜ ਨਹੀਂ ਆਊਗੀ। ਸੋ ਇਹ ਸਵਾਲ ਜਦੋਂ ਸਵਾਲ ਖੜ੍ਹੇ ਹੋਏ, ਵਿਰੋਧੀ ਦਲਾਂ ਨੇ ਵੀ ਅਤੇ ਪੰਜਾਬ ਵਾਸੀਆਂ ਨੇ ਸਵਾਲ ਕੀਤੇ ਕਿ ਉਹ ਫੌਜ ਦੀ ਵਰਦੀ 'ਚ ਤੈਨਾਤ ਸੀ, ਅਤੇ ਫਿਰ ਉਹਦੇ ਨਾਲ ਇਹ ਵਤੀਰਾ ਕਿਉਂ? ਤਾਂ ਕਹਿੰਦੇ ਜਵਾਬ ਹੈ ਕਿ ਨਹੀਂ ਜੀ ਉਹ ਤਾਂ ਖੁਦਕੁਸ਼ੀ ਸੀ। ਸੋ ਫਿਰ ਸਵਾਲ ਖੜ੍ਹਾ ਹੋਇਆ ਕਿ ਭਾਈ ਜੇ ਉਹਨੂੰ ਫੌਜ ਵਾਲੀਆਂ ਸਹੂਲਤਾਂ ਨਹੀਂ ਦੇਣੀਆਂ, ਫੌਜ ਵਾਲਾ ਮਾਣਤਾਨ ਨਹੀਂ ਦੇਣਾ, ਸ਼ਹੀਦ ਦਾ ਰੁਤਬਾ ਨਹੀਂ ਦੇਣਾ, ਫਿਰ ਕਹਿੰਦੇ ਜੀ ਬਾਰਡਰਾਂ 'ਤੇ ਤੈਨਾਤ ਕਿਉਂ ਕਰਦੇ ਹੋ? ਪਰ ਫੌਜੀ ਜਵਾਨ ਕਹਿੰਦੇ ਨਹੀਂ ਜੀ ਇਹ ਤਾਂ ਸ਼ਹਾਦਤ ਹੈ ਹੀ ਨਹੀਂ, ਇਹ ਤਾਂ ਖੁਦਕੁਸ਼ੀ ਹੈ। ਚਲੋ ਇੱਕ ਹਵਾਲਾ ਆਉਂਦਾ ਕਿ ਜਦੋਂ ਸੀਜ਼ ਫਾਇਰ ਦੀਆਂ ਖਬਰਾਂ ਆਉਂਦੀਆਂ ਤਾਂ ਭਾਰਤੀ ਮੀਡੀਆ 'ਚ ਖਬਰ ਨਸਰ ਹੁੰਦੀ ਕਿ ਪਾਕਿਸਤਾਨ ਵੱਲੋਂ ਸੀਜ਼ ਫਾਇਰ ਤੋੜਿਆ ਗਿਆ ਅਤੇ ਜਵਾਬੀ ਕਾਰਵਾਈ ਭਾਰਤੀਆਂ ਨੇ, ਭਾਰਤੀ ਫੌਜ ਨੇ ਕੀਤੀ। ਭਾਰਤੀ ਫੌਜ ਦੇ PRO ਹਵਾਲੇ ਨਾਲ ਮੀਡੀਆ ਨੂੰ ਖਬਰ ਮਿਲਦੀ ਅਤੇ ਖਬਰ ਨਸਰ ਹੁੰਦੀ। ਉਸੇ ਪਲ ਪਾਕਿਸਤਾਨ ਦਾ ਮੀਡੀਆ ਇੱਕ ਖਬਰ ਦਿਖਾਉਂਦਾ ਕਿ ਨਹੀਂ ਜੀ ਪਹਿਲ ਭਾਰਤ ਨੇ ਕੀਤੀ, ਅਸੀਂ ਜਵਾਬੀ ਕਾਰਵਾਈ ਕੀਤੀ। ਹੁਣ ਦੋਵਾਂ 'ਚੋਂ ਇੱਕ ਨੇ ਪਹਿਲ ਪਹਿਲਾਂ ਕੀਤੀ ਹੁੰਦੀ ਹੈ। ਸੋ ਇਸ ਲਈ ਜੋ ਖਬਰ ਸਾਡੇ ਕੋਲ ਆਉਂਦੀ ਹੈ ਫੌਜ ਦੇ ਸਰਹੱਦ ਦੇ ਬਾਰਡਰ ਦੇ ਹਵਾਲੇ ਨਾਲ ਉਹੀ ਚੈਨਲ ਚਲਾਉਂਦੇ ਨੇ, ਅਤੇ ਹੁਣ ਇਹ ਖਬਰ ਵੀ ਫੌਜ ਦੇ ਹਵਾਲੇ ਨਾਲ, ਪਹਿਲਾਂ ਕਹਿੰਦੇ ਮੱਥੇ 'ਚ ਗੋਲੀ ਵੱਜੀ ਬਾਰਡਰ 'ਤੇ ਤੈਨਾਤ ਸੀ, ਹੁਣ ਕਹਿੰਦੇ ਨਹੀਂ ਖੁਦਕੁਸ਼ੀ ਸੀ। ਸੋ ਇਹ ਪਹਿਲੂ ਸਵਾਲ ਖੜ੍ਹੇ ਕਰਦਾ ਕਿਤੇ ਅਗਨੀਵੀਰ ਕੇਂਦਰੀ ਯੋਜਨਾ ਦਾ ਸੱਚ ਤਾਂ ਨਹੀਂ ਸਾਹਮਣੇ ਆ ਗਿਆ? ਸੋਚਿਓ ਜਰਾ ਕਿਤੇ ਇਹ ਦੇਸ਼ ਦੇ ਜਵਾਨਾਂ ਨਾਲ ਧੋਖਾ ਤਾਂ ਨਹੀਂ? ਚਲੋ ਧੋਖਾ ਤਾਂ ਤੁਹਾਡੇ ਨਾਲ ਕਹਿੰਦੇ ਜੀ ਮੁਹੱਲਾ ਕਲੀਨਿਕਾਂ 'ਚ ਵੀ ਹੋ ਜਾਂਦਾ, ਕਦੇ ਪਟਿਆਲੇ ਤੋਂ ਖਬਰਾਂ ਆਉਂਦੀਆਂ ਕਿ ਜੀ 300 ਮਿੰਟ 'ਚ 306 ਮਰੀਜ਼ ਦੇਖ ਲਏ, ਕਦੇ ਜੀ ਹੁਣ ਲੁਧਿਆਣੇ ਤੋਂ ਖਬਰਾਂ ਆਉਂਦੀਆਂ ਕਿ ਜੀ ਇੱਕ ਦਿਨ ਦੇ ਵਿੱਚ ਇੱਕ ਡਿਊਟੀ 'ਚ 300 ਤੋਂ ਵੱਧ ਮਰੀਜ਼ ਦੇਖ ਲਏ, ਬੜਾ ਤਕੜਾ ਕੰਮ ਚੱਲ ਰਿਹਾ। ਸੋ ਇਹ ਐਡੀ ਵੱਡੀ ਸੇਵਾ ਕੀ ਦਵਾਈਆਂ ਸਿਰ ਮੁੱਠ ਭਰ ਭਰ ਕੇ ਵੰਡਣੀਆਂ ਹੀ ਨੇ? ਚੈੱਕ ਕਰ ਸਕਦਾ ਡਾਕਟਰ ਇੰਨੇ ਸਮੇਂ 'ਚ ਇੰਨੇ ਮਰੀਜ਼ਾਂ ਨੂੰ, ਉਹਨਾਂ ਦੇ ਮਰਜ਼ ਨੂੰ ਸਮਝ ਸਕਦਾ, ਉਹਨਾਂ ਦੇ ਲਈ ਟੈਸਟ ਰਿਪੋਰਟ, ਜਾਂਚ ਰਿਪੋਰਟ, ਸਾਰਾ ਕੁਛ ਕਾਰਵਾਈ ਪਾ ਸਕਦਾ? ਕਿਤੇ ਇਹ ਕਮਿਸ਼ਨ ਦਾ ਖੇਡ ਤਾਂ ਨਹੀਂ? ਇਹਦੇ ਵਿੱਚ ਕਿਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਤਾਂ ਨਹੀਂ? ਕਿਉਂਕਿ ਮੁਹੱਲਾ ਕਲੀਨਿਕਾਂ 'ਚ ਤੈਨਾਤ ਸਟਾਫ ਨੂੰ ਪ੍ਰਤੀ ਪਰਚੀ ਦੇ ਹਿਸਾਬ ਨਾਲ ਇਹ ਕਮਿਸ਼ਨ ਮਿਲਦਾ। ਡਾਕਟਰ ਨੂੰ 50 ਰੁਪਈਏ ਇੱਕ ਪਰਚੀ ਪਿੱਛੇ, ਇੱਕ ਮਰੀਜ਼ ਪਿੱਛੇ ਸਟਾਫ, ਨਰਸ ਨੂੰ 30 ਰੁਪਈਏ, ਥੱਲੇ ਵਾਲੇ ਮੁਲਾਜ਼ਮ ਨੂੰ 20 ਰੁਪਈਏ, ਹੈ ਸਫਾਈ ਕਰਮੀ ਨੂੰ 10 ਰੁਪਈਆ, ਐਂ ਸਭ ਵੰਡਿਆ ਹੋਇਆ। ਅਤੇ ਹੁਣ 664 ਮੁਹੱਲਾ ਕਲੀਨਿਕਾਂ ਦੇ ਹਵਾਲੇ ਨਾਲ ਇਹ ਖਬਰ ਆਉਣ ਲੱਗੀ ਕਿ ਭਾਈ ਆ ਵੱਡੇ ਕਪੜੇ ਉਜਾਗਰ ਹੋਣ ਲੱਗੇ ਨੇ, ਇੱਕ ਦਿਨ 'ਚ 300-300, 300-310, 310, ਹੈ ਨਾ, ਘੰਟਿਆਂ 'ਚ 100-100 ਮਰੀਜ਼, ਅਤੇ ਸਾਰਾ ਪੰਜਾਬ ਨੂੰ ਬਿਮਾਰ ਦਿਖਾ ਕੇ ਆਪਣੀ ਜੇਬ ਕਰਨ ਦੀ ਕਵਾਇਤਾਂ ਨਹੀਂ, ਜਦੋਂ ਕਿ ਸਥਿਤੀ ਇਹ ਹੈ ਕਿ ਹਸਪਤਾਲਾਂ 'ਚ ਅਜੇ ਵੀ ਦਵਾਈ ਨਹੀਂ। ਮੈਂ ਲੰਘੇ ਕੱਲ੍ਹ ਹੀ ਸ਼੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਜਾ ਕੇ ਆਇਆ, ਅਤੇ ਉਸ ਹਸਪਤਾਲ ਦੇ ਵਿੱਚ ਸ਼ੂਗਰ ਚੈੱਕ ਕਰਨ ਵਾਲੀ ਸਰਿੰਜ ਨਹੀਂ ਹੈਗੀ, ਸ਼ੂਗਰ ਟੈਸਟ ਕਰਨ ਵਾਲੀ ਵੀ ਸਰਿੰਜ ਨਹੀਂ ਹੈ। ਦਵਾਈਆਂ ਦੇ ਪੱਤੇ ਤਾਂ ਭੁੱਲ ਜਾਓ, ਪੱਟੀਆਂ ਪੁੱਟੀਆਂ ਤਾਂ ਭੁੱਲ ਜਾਓ, ਅਤੇ ਸਰਕਾਰ ਕਹਿੰਦੀ ਸਿਹਤ ਮਾਡਲ ਸਾਡਾ ਬੜਾ ਕਮਾਲ ਹੈ। ਸੋ ਇੱਕ ਪਾਸੇ ਆਹ ਸੱਚ, ਦੂਏ ਪਾਸੇ ਆਹ ਸਥਿਤੀ ਕਿ ਮੁਹੱਲਾ ਕਲੀਨਿਕਾਂ 'ਚ ਮਰੀਜ਼ਾਂ ਦੀ ਲਾਈਨ ਕਾਗਜ਼ਾਂ 'ਚ ਦਿਖਦੀ ਆ, ਅਤੇ ਉਹ ਕਾਗਜ਼ੀ ਮਰੀਜ਼ਾਂ ਦਾ ਫਾਇਦਾ ਫਿਰ ਉੱਥੇ ਤੈਨਾਤ ਡਾਕਟਰ, ਨਰਸ ਅਤੇ ਸਟਾਫ ਨੂੰ ਹੁੰਦਾ। ਸੋ ਇੱਕ ਕਮਿਸ਼ਨ ਦੇ ਖੇਡ ਦੇ ਵਿੱਚ ਕੌਣ ਕੌਣ ਪੰਜਾਬ ਦਾ ਦੁਖੀ ਆ? ਮੁੱਖ ਮੰਤਰੀ ਸਾਹਿਬ ਖਰਚਿਆਂ ਦਾ ਹਿਸਾਬ ਮੰਗ ਰਹੇ ਹੋ, ਆਹ ਖਰਚਿਆਂ ਦਾ ਹਿਸਾਬ ਕਿਤਾਬ ਵੀ ਕਰ ਲਿਓ ਕਿ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਕੌਣ ਲੱਗਦਾ? ਚਲੋ ਉਹ ਸਾਰਾ ਤੁਸੀਂ ਪੁੱਛੋ ਹੀ ਨਾ, ਕਿਉਂਕਿ ਜਦੋਂ ਹਿਸਾਬ ਪੁੱਛਣ ਦੀ ਵਾਰੀ ਆਉਂਦੀ ਆ ਤਾਂ ਹਿਸਾਬ 40 ਲੱਖ ਦਾ ਵੀ ਆਉਂਦਾ ਕਿ ਜਹਾਜ਼ ਉੱਡਣ ਦਾ 40 ਲੱਖ ਕਿਵੇਂ, ਹਿਸਾਬ 10-10 ਲੱਖ ਦੇ ਕਮਰਿਆਂ ਦਾ ਵੀ ਆਉਂਦਾ, ਅਤੇ ਵਿਆਹਾਂ ਦੇ ਵਿੱਚ ਪੰਜਾਬ ਦੇ ਲਈ ਕਿਹਨੇ ਕਿਹਨੇ ਕੀ ਢੋਇਆ, ਕੀ ਖਿਲਾਇਆ, ਕੀ ਪੜਾਇਆ, ਹਿਸਾਬ ਇਹਦਾ ਵੀ ਆਉਂਦਾ, ਕੌਣ ਦਊ ਹਿਸਾਬ? ਪੰਜਾਬ ਦਾ ਰੱਬ ਰਾਖਾ, ਤੁਸੀਂ ਵੇਖਦੇ ਰਹੋ ਲਿਬਰਲ TV, ਲੋਕਾਂ ਦੀ ਆਵਾਜ਼ ਲੋਕਾਂ ਲਈ।